ਕੇ ਵੀ ਉਹ ਗਰਾਊਂਡ ਦੇ ਨੇੜੇ ਪਹੁੰਚ ਜਾਣਾ। ਬਸ ਸਾਹਮਣੇ ਸਮਾਲ ਸਰ ਦਾ ਜਾਪੀ ਮੇਰੇ ਵੀਰੋ ਪੂਰੇ ਸਿਰ ਤੇ ਕਿੱਕਰ ਦਾ ਝਾਪਾ ਵੀ ਗੱਭੂ ਨੇ ਰੇਲ ਰੋਕ ਲਈ। ਹੌਸਲੇ ਬੁਲੰਦ ਨੇ ਕੀਤੀ ਹੋਈ ਕੋਸ਼ਿਸ਼ ਨਾ ਜਾਣ ਦੀ ਰੋਕਣ ਦੇ ਲਈ, ਦੇਖਦੇ ਵੀ ਇੰਨੀਆਂ ਸਕਿੰਟਾਂ ਦੇ ਵਿੱਚ ਫੈਸਲਾ ਹੋਵੇਗਾ। ਪਰ ਇਸ ਸਕੁਆਡ ਦਾ ਪੂਰਾ ਲੱਗਿਆ ਹੋਇਆ ਜ਼ੋਰ ਦੋਹਾਂ ਪਹਿਲਵਾਨਾਂ ਦਾ। ਸਮਾਲ ਸਰ ਦੀ ਟੀਮ ਦੇ ਜਾਫੀਆਂ ਦੇ ਖਾਤੇ ਜੁੜ ਚੁੱਕਿਆ ਹੈ। ਅਗਲਾ ਮੈਚ ਰੋਡੇ ਵਰਸ ਗਰਾਤਾ, ਲੜਕੀਆਂ ਦੀਆਂ ਦੋਹੋ ਟੀਮਾਂ ਦਾ ਸ਼ੋਅ ਮੈਚ, ਰਸੂਲਪੁਰ ਤੇ ਹਾਕਮ ਸਿੰਘ ਵਾਲਾ, ਇਹ ਵੀ ਮੁੰਡਿਆਂ ਦੀਆਂ ਦੋਹੋ ਟੀਮਾਂ ਤਿਆਰੀ ਕਰ ਲੈਣ। ਚੜ੍ਹਦੀ ਗੱਭਰੂਆ ਸਮਾਲ ਸਰ ਗਿਆ, ਦੇਖਦੇ ਵੀ ਫਿਰ ਛੋਟੇ ਛੋਟੇ ਕਦਮਾਂ ਦੇ ਨਾਲ ਬੋਲਿਆ ਹੋਇਆ ਪਾਵਾ ਹੈ। ਚਾਰ ਜਾਫੀ ਦੇ ਸਾਹਮਣੇ ਮੇਜ਼ਬਾਨ ਟੀਮ ਦੇ ਸਰਦਾਰ ਸੁਭਾ ਸਿੰਘ ਦੇ ਪਿੰਡ ਨੂੰ ਦੇਖਦੇ ਵੀ ਜਿੱਥੇ ਵੱਡੀਆਂ ਜ਼ਿੰਮੇਵਾਰੀਆਂ ਨੇ, ਸਰਪੰਚ ਇਸ ਨਗਰ ਖੇੜੇ ਦਾ ਵੱਡਾ ਨਾਂ ਹੈ। ਸਾਡੂਆਂ ਵਾਲੀਆਂ ਜੱਫੀਆਂ ਪੈ ਗਈਆਂ, ਕਿੱਥੇ ਆ ਕੇ ਕਰਮਾਂ ਨੇ ਦਿੱਤੀ ਹਾਰ ਦੇ ਘੜਿਆ ਚਨਾ ਚੋਂ ਮੈਨੂੰ ਲਾ ਦੇ ਪਾਰ ਦੇ। ਬਾਬਾ ਚਮਕੌਰ ਸਿੰਘ ਇਹ ਸਮੁੱਚੀ ਟੀਮ ਦੇ ਲਈ ਵੱਡਾ ਮਾਣ ਦੇ ਕੇ ਗਏ ਨੇ। ਲਓ ਇਸ ਨੌਜਵਾਨ ਜਾਫੀ ਦਾ ਵੱਡਾ ਮਾਣ ਔਰ ਪੁਆਇੰਟ ਨੌਜਵਾਨ ਜਾਫੀਆਂ ਦੇ ਖਾਤੇ। ਇਹ ਜਾਫੀ ਦੇ ਲਈ ਕਿਰਪਾ ਸਿੰਘ ਜੀ ਪ੍ਰਧਾਨ ਟੂਰਨਾਮੈਂਟ ਕਮੇਟੀ ਸਰਪੰਚ ਸਾਹਿਬ ਤੇ ਜਾਫੀ ਲਈ 100 ਰੁਪਇਆ ਮਾਣ ਦੇ ਗਏ ਨੇ। ਬਹੁਤ ਬਹੁਤ ਧੰਨਵਾਦ ਜੀ। ਸਾਰੀ ਟੀਮ ਲਈ ਜਗਦਾਰ ਬਾਬਾ ਚਮਕੌਰ ਸਿੰਘ ਜੀ ਮੁੱਖ ਸੇਵਾ ਦਾ ਗੁਰਦੁਆਰਾ ਸਾਹਿਬ 100 ਰੁਪਏ ਦਾ ਮਾਣ ਭੇਜ ਗਏ ਨੇ, ਧੰਨਵਾਦ। ਲਓ ਜੈਮਰ ਵਾਲੀ ਆ ਧਾਵੀ, ਦੂਸਰੇ ਪਾਸੇ ਰੱਖਿਆ ਟੌਂਕ ਤੇ ਹੱਥ ਮੇਰੇ ਵੀਰੋ, ਦੂਸਰੇ ਸਮਾਲ ਸਰ ਦੀਆਂ ਜਾਫੀ ਨੇ, ਦੋਹਾਂ ਦਾ ਹੋਇਆ ਮੁਕਾਬਲਾ। ਪਾਓ ਗੱਭਰੂਆ ਮਹਾਂਬਲੀ ਰਣਵੀਰ ਸੂਰਮੇ ਤਾਜਾ ਤਖਤਾਂ ਵਾਲੇ, ਮਿੱਟੀ ਦੇ ਨਾਲ ਮਿੱਟੀ ਹੋ ਕੇ ਕਿਤੇ ਨੀ ਲੱਭ ਦੇ ਪਾਲੇ, ਸਰਬ ਕਲਾ ਸਮਰੱਥ ਕਹਾਉਂਦੇ ਅੰਤ ਹਾਰ ਕੀ ਪਤਾ ਨੀ ਰੱਬ ਕਿਹੜਿਆਂ ਰੰਗਾਂ ਦੇ ਵਿੱਚ ਰਾਜੀ। ਪੁਆਇੰਟ ਸਮਾਲ ਸਰ ਦੀ ਟੀਮ ਦੇ ਖਾਤੇ ਜੁੜ ਚੁੱਕਿਆ ਹੈ। ਰਾਂਤਾ ਤੇ ਰੋਟੇ ਟੀਮਾਂ ਤਿਆਰੀ ਕਰ ਲੈਣ, ਰਾਂਤਾ ਵਰਸਜ ਰੋਟੇ ਇਸ ਤੋਂ ਅਗਲਾ ਮੈਚ ਹੋਵੇਗਾ। ਜੈਮਨ ਵਾਲੀ ਟੀਮ ਦੇ ਜਾਫੀ ਜਿੰਨੇ ਵੀ ਜੱਫੇ ਲਾਉਣਗੇ ਹਰੇਕ ਪੁਆਇੰਟ ਦਾ 100 ਰੁਪਇਆ ਸਾਡੇ ਪ੍ਰਧਾਨ ਸੁਭਾ ਸਿੰਘ ਜੀ ਸਰਪੰਚ ਉਹਨਾਂ ਵੱਲੋਂ ਹੋਵੇਗਾ। ਜਿੰਨੇ ਵੀ ਜਾਫੀ ਜੈਮਨ ਵਾਲੀ ਟੀਮ ਦੇ ਜੱਫੇ ਲਾਉਣਗੇ ਲਾਵੇ ਗੱਭੂਆ ਤੁਹਾਡੀ ਹਿੰਮਤ ਆ, ਹਿੰਮਤ ਵਾਲੇ ਬੰਦੇ ਨੇ ਤਕਦੀਰ ਉਹਨਾਂ ਦੀ ਦੱਸੀ ਹੈ, ਜੋ ਕਿਸਮਤ ਨੂੰ ਝੂਲਦੇ ਰਹਿੰਦੇ ਨੇ ਉਹ ਮਰਦ ਲਕਾਰਾ ਹੁੰਦੇ ਨੇ। ਚਾਰ ਜਾਫੀ ਮੇਜ਼ਬਾਨ ਪਿੰਡ ਦੇ, ਦੂਸਰੇ ਪਾਸੇ ਸਮਾਲ ਸਰ ਦੀਆਂ ਭਾਵੀ ਤੇ ਹਲਕਾ ਜਿਹਾ ਟੱਚ ਕਰਕੇ ਪੁਆਇੰਟ ਐਸ ਐਸ ਸਮਾਲ ਸਰ ਦੀ ਟੀਮ ਦੇ ਹਿੱਸੇ ਜੁੜ ਚੁੱਕੇ ਹੈ। ਦਵਿੰਦਰ ਸਿੰਘ ਜੀ ਗੂੰਗਾ ਭੋਲਾ ਕਹਿੰਦਾ ਵੀ ਜੇ ਲਗਾਤਾਰ 3 ਪੁਆਇੰਟ ਲਊਗਾ ਤਾਂ ਮੇਰੇ ਵੱਲੋਂ 5000 ਰੁਪਏ ਦਾ ਇਨਾਮ ਹੋਵੇਗਾ। ਇਸ ਦਵਿੰਦਰ ਸਿੰਘ ਦੇ ਲਈ ਬਹੁਤ ਧੰਨਵਾਦ ਭੋਲਾ ਸਿੰਘ ਦਾ। ਲਓ ਸਾਹਮਣੇ ਫਿਰ ਇਹ ਪੁਆਇੰਟ ਜਿਹੜਾ ਨੌਜਵਾਨ ਮੇਜ਼ਬਾਨ ਟੀਮ ਜੈਮਨ ਵਾਲੇ ਦੇ ਖਾਤੇ ਜੁੜ ਚੁੱਕਿਆ ਹੈ। ਬਾਬਾ ਚਮਕੌਰ ਸਿੰਘ ਵੱਲੋਂ 100 ਰੁਪਇਆ ਸਮੁੱਚੀ ਟੀਮ ਦੇ ਲਈ ਹੋਰ ਮਾਣ ਆ ਗਿਆ, 100 ਰੁਪਇਆ ਇਸ ਜਾਫੀ ਦੇ ਲਈ ਸੁਭਾ ਸਿੰਘ ਜੀ ਪ੍ਰਧਾਨ ਟੂਰਨਾਮੈਂਟ ਕਮੇਟੀ, ਇਹਨਾਂ ਖਿਡਾਰੀਆਂ ਦੇ ਲਈ ਮਾਣ। ਬਹੁਤ ਬਹੁਤ ਧੰਨਵਾਦ ਸਾਰੇ ਦਾਨੀ ਵੀਰਾਂ ਦਾ। ਲਓ ਸਾਹਮਣੇ ਸਮਾਲ ਸਰ ਪਿੰਡ ਵੱਲੋਂ ਫਿਰ ਨੌਜਵਾਨ ਧਾਵੀ ਕਬੱਡੀ ਪਾ ਰਿਹਾ ਹੈ। ਫੁੱਲਾਂ ਉੱਤੇ ਧੌਰੇ ਨੱਚਣ ਬੱਦਲ ਵਿੱਚ ਅਸਮਾਨਾ, ਕੁੜੀਆਂ ਇਕੱਠੀਆਂ ਹੋਣ ਤਰਿੰਜਣ ਗੱਭਰੂ ਵਿੱਚ ਮਦਾਨਾ। ਦੇਖਦੇ ਵੀ ਮੁੰਡੇ ਨੇ ਕੋਸ਼ਿਸ਼ ਕੀਤੀ ਹੈ ਡੱਕਣ ਦੀ, ਪੀਲੇ ਰੰਗ ਦੀ ਪੱਟੀ ਮੁਸ਼ਕੀ ਜਿਹਾ ਰਾਮ ਗੱਭਰੂ ਦਾ। ਠੀਕ ਹੈ ਜੀ ਬਾਈ ਵਾਹ। ਔਰ ਪੁਆਇੰਟ ਸਮਾਲ ਸਰ ਦੀ ਟੀਮ ਦੇ ਹਿੱਸੇ ਜੁੜ ਚੁੱਕਿਆ ਹੈ। ਦਵਿੰਦਰ ਸਿੰਘ ਭੋਲਾ ਕਹਿੰਦਾ ਵੀ ਜੇ ਰੈ ਕਰਕੇ ਤਾਂ ਅਸੀਂ ਵਾਪਸ ਲੈ ਲਾਂਗੇ, ਔਰ ਜਿਹੜਾ ਪੂਰੇ ਜ਼ੋਰ ਦੇ ਨਾਲ ਮੈਂ ਜਿੱਤ ਕੇ ਲਗਾਤਾਰ 3 ਪੁਆਇੰਟ ਲਾਓਗੇ ਤਾਂ ਜਿਹੜਾ ਮਾਣ ਹੋਵੇਗਾ ਤੁਹਾਡਾ। ਲੜਕੀਆਂ ਦੀਆਂ ਵੀ ਦੋਹੋਂ ਟੀਮਾਂ ਰਾਤਾਂ ਤੇ ਰੋਟੇ, ਅਗਲਾ ਮੈਚ ਹੋਵੇਗਾ ਇਹਨਾਂ ਦੋਹੋਂ ਲੜਕੀਆਂ ਦੀਆਂ ਟੀਮਾਂ ਦਾ। ਲਓ ਨੌਜਵਾਨ ਜੈਮਨ ਵਾਲੀ ਧਾਵੀ, ਦੂਸਰੇ ਪਾਸੇ ਸਮਾਲ ਸਰ ਜਾਂ ਗੋਰੇਗਾ ਪਿੰਡ ਨੂੰ ਜਾਫੀ ਡੱਕਣ ਦੀ ਕੋਸ਼ਿਸ਼ ਕਰ ਰਿਹਾ ਤੇ ਪੁਆਇੰਟ
ਕਪਿੰਦਰ ਸਦੌਰ ਦਾ ਫੈਸਲਾ ਹੈ ਕਿ ਨੌਜਵਾਨ ਜੈਮਨ ਵਾਲੇ ਦੇ ਰੇਡਰ ਦੇ ਖਾਤੇ ਜੁੜ ਚੁੱਕਿਆ ਹੈ। ਸਮਾਲ ਸਰੀਆ ਪਾ ਕਬੱਡੀ, ਸਮਾਲ ਸਰੀਆ ਭਾਵੀ ਅਗਲੇ ਹੀ ਕਬੱਡੀ ਪਾਉਣ ਦੇ ਲਈ ਫਿਰ ਤਿਆਰੀ ਕੀਤਾ ਹੋਇਆ। ਮੈਚ ਲਈ ਰੋਟੇ ਤੇ ਰੋਤਾ ਲੜਕੀਆਂ ਦੀਆਂ ਦੋਹੋਂ ਟੀਮਾਂ ਦਾ ਸ਼ੋਅ ਮੈਚ, ਇਸ ਤੋਂ ਅੱਗੇ ਰਸੂਲਪੁਰ ਤੇ ਹਾਕਮ ਸਿੰਘ ਵਾਲਾ, ਇਹ ਵੀ ਟੀਮਾਂ ਤਿਆਰੀ ਕਰ ਰਹੀਆਂ। ਗੱਬਰ ਸਾਊਂਡ, ਗੱਬਰ ਸਾਊਂਡ ਵਾਲੇ ਭਾਈ ਜੀ ਸਾਡੇ ਕੋਲ ਆਉਣ, ਜਿੱਥੇ ਵੀ ਆਵਾਜ਼ ਸੁਣਦੇ ਨੇ ਕਰਨੈਲ ਸਿੰਘ ਜੀ, ਜਹਿਦਰ ਕਰਨੈਲ ਸਿੰਘ ਜੀ ਸਟੇਜ ਦੇ ਮੂਹਰੇ ਆ ਜਾਣ। ਰੋਤਾ ਤੇ ਰੋਟੀ ਇਹ ਦੋਹੋਂ ਟੀਮਾਂ, ਅਗਲਾ ਮੈਚ ਹੋਵੇਗਾ ਲੜਕੀਆਂ ਦਾ ਰਸੂਲਪੁਰ ਤੇ ਹਾਕਮ ਸਿੰਘ ਵਾਲਾ, ਇਹ ਟੀਮਾਂ ਤਿਆਰੀ ਕਰਦੀਆਂ ਮੇਰੇ ਵੀਰ ਬਹੁਤ ਸਾਹਮਣੇ। ਫਿਰ ਦੇਖਦੇ ਵੀ ਸਮਾਲ ਸਰੀਆ ਨੌਜਵਾਨ ਜਾਫੀ ਡੱਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਵਕਤ ਮੇਜ਼ਬਾਨ ਟੀਮ ਵੱਲੋਂ ਬੋਲਿਆ ਹੋਇਆ ਧਾਵਾ ਪਾਈ ਕਬੱਡੀ ਨੌਜਵਾਨ ਦੀ, ਵਾਹ ਗੱਭਰੂਆ, ਉੱਡਦੀ ਤੂੜ, ਵੱਜਦੀਆਂ ਹੋਈਆਂ ਧਾਵਾ ਤੇ ਟੱਕੇ ਉੱਖੜਦੇ ਪੈਰ, ਦੇਖਦੇ ਵੀ ਬਹਿਜਾ ਬਹਿਜਾ ਹੋ ਗਈ ਔਰ ਪੁਆਇੰਟ ਨੌਜਵਾਨ ਜਾਫੀ ਦੇ ਖਾਤੇ ਜੁੜ ਚੁੱਕਿਆ ਹੈ, ਸਮਾਲ ਸਾਹਿਬ ਦੀ ਟੀਮ ਦੇ ਹਿੱਸੇ ਜੁੜ ਚੁੱਕਿਆ ਹੈ। ਵਾਹ ਗੱਭਰੂਆ, ਸ਼ੀਸ਼ੇ ਅੱਗੇ ਛਾਤੀ ਨੂੰ ਹਰੇਕ ਤਣਦਾ ਹੈ। ਗੁਰਪ੍ਰੀਤ ਵੱਲੋਂ ਇਸ ਜਾਫੀ ਦੇ ਲਈ ਸਮਾਲ ਸਰ ਵਾਲੇ ਦੇ ਲਈ 100 ਰੁਪਈਆ ਮਾਨ ਭੇਜ ਗਿਆ ਗੁਰਪ੍ਰੀਤ ਸਿੰਘ, ਧੰਨਵਾਦ। ਬਹੁਤ ਸਮਾਲ ਸਰ ਵੱਲੋਂ ਫਿਰ ਕਬੱਡੀ ਪਾ ਰਿਹਾ ਨੌਜਵਾਨ ਧਾਵੀ, ਸ਼ੀਸ਼ੇ ਅੱਗੇ ਛਾਤੀ ਨੂੰ ਹਰੇਕ ਤਣਦਾ ਹੈ, ਘਰੇ ਘਰੇ ਦਾਰਾ ਸੋ ਹਰੇਕ ਬਣਦਾ ਹੈ। ਜਦੋਂ ਪੈਂਦਾ ਹੈ ਮੈਦਾਨ ਵਿੱਚ ਵਾਹ ਜੋਧੇ ਆ ਤੇ ਫਿਰ ਲੈਂਦੇ ਨੇ ਬਗਾਨੇ ਪੁੱਤ ਭਤਾ ਜੋਧੇ ਆ ਤੇ ਚਾਹੁੰਦੀ ਫਲਾਰ ਜਿਹੀ ਹੱਡੀ ਲੰਗੇ ਵਾਲੀਆਂ, ਸੌਖੀ ਨਹੀਂ ਉਹ ਖੇਡ ਨਹੀਂ ਕਬੱਡੀ ਲੰਗੇ ਵਾਲੀਆਂ, ਸੌਖੀ ਨਹੀਂ ਉਹ ਖੇਡ ਨਹੀਂ ਕਬੱਡੀ ਲੰਗੇ ਵਾਲੀਆਂ। ਰੌਂਕਾ ਤੇ ਰੋਟੀ, ਅਗਲਾ ਲੜਕੀਆਂ ਦਾ ਸ਼ੋਅ ਮੈਚ ਹੋਵੇਗਾ। ਸਮਾਲ ਸਾਹਿਬ ਜਿੱਤ ਗਿਆ ਜੀ, ਸਮਾਲ ਸਾਹਿਬ ਜਿੱਤ ਗਿਆ। ਇਸ ਮੈਚ ਦੇ ਵਿੱਚੋਂ ਦੋਹੋਂ ਟੀਮਾਂ ਦੇ ਖਿਡਾਰੀ ਆਪਣਾ ਪ੍ਰਾਈਜ਼ ਲੈ ਜਾਣ ਮੇਰੇ ਕੋਲ ਆ ਕੇ, ਜਾਮਣ ਵਾਲਾ ਆਪਣੇ 100 ਰੁਪਈਆ ਸਮਾਲ ਸਰਦਾ ਹੈ ਤੇ ਖਿਡਾਰੀ ਆਪਣਾ ਨਾਮ ਲੈ ਜਾਣ। ਰੌਤਾ ਤੇ ਰੋਟੀ ਲੜਕੀਆਂ ਦਾ ਜਿਹੜਾ ਸ਼ੋਅ ਮੈਚ ਕਰਵਾਇਆ ਜਾ ਰਿਹਾ ਹੈ, ਇਸ ਤੋਂ ਅੱਗੇ ਰਸੂਲਪੁਰ ਤੇ ਹਾਕਮ ਸਿੰਘ ਵਾਲਾ, ਇਹ ਟੀਮਾਂ ਤਿਆਰੀ ਕਰਕੇ ਗਰਾਊਂਡ ਦੇ ਨੇੜੇ ਆ ਜਾਣ ਜੀ। ਰਸੂਲਪੁਰ ਤੇ ਹਾਕਮ ਸਿੰਘ ਵਾਲਾ, ਰੌਤਾ ਤੇ ਰੋਟੀ। ਰਸੂਲਪੁਰ ਵਰਸਦ ਹਾਕਮ ਸਿੰਘ ਵਾਲਾ, ਜਲਦੀ ਤੋਂ ਜਲਦੀ ਲੜਕੀਆਂ ਦੇ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆਉਣਗੀਆਂ। ਬਹੁਤ ਹੀ ਤਕੜਾ ਮੁਕਾਬਲਾ ਖੇਡੇ ਜਾਵੇਗਾ ਰਸੂਲਪੁਰ ਵਰਸਦ ਹਾਕਮ ਸਿੰਘ ਵਾਲਾ। ਲਓ ਵੀ ਦਰਸ਼ਕ, ਦੇ ਸੈਮੀਫਾਈਨਲ ਮੈਚ ਜਿਹੜਾ ਲੜਕੀਆਂ ਦੀ ਟੀਮਾਂ ਦੇ ਦਰਮਿਆਨ ਸ਼ੁਰੂ ਹੋਇਆ, ਰੋਡੇ ਦੀ ਟੀਮ ਜਿਹੜੀ ਗੁਰਦੁਆਰਾ ਸਾਹਿਬ ਦੇ ਗੇਟ ਵਾਲੇ ਪਾਸੇ ਚੌਕਾਰ ਦੇ ਬਖਤਾਰ ਜੀ, ਸਮਾਂ ਦੱਸੋ ਜੀ ਕਿੰਨਾ ਦੇਣਾ ਇਸ ਮੈਚ ਨੂੰ? 15-15 ਕਲਦੀਆਂ ਜੀ ਜਿਹੜੀਆਂ ਦਿੱਤੀਆਂ ਜਾਣਗੀਆਂ। ਲਓ ਦਰਸ਼ਕ, ਜੋ ਰੋਡਿਆਂ ਦੀ ਟੀਮ ਜਿਹੜੀ ਖੇਤਾਂ ਵਾਲੇ ਪਾਸੇ ਤੇ ਰੋਡੇ ਦੀ ਟੀਮ ਜਿਹੜੀ ਗੁਰਦੁਆਰਾ ਸਾਹਿਬ ਦੇ ਗੇਟ ਵਾਲੇ ਪਾਸੇ, ਲਓ ਪਹਿਲੀ ਕਬੱਡੀ ਇਸ ਵੇਲੇ ਰੋਡਿਆਂ ਦੀ ਧਰਤੀ ਦੀ ਬੱਚੀ ਮੇਰੇ ਵੀਰੇ ਪਾਉਂਦੀ ਹੋਈ ਤੇ ਦੂਸਰੇ ਪਾਸੇ ਰੋਡੇ ਦੀ ਮੇਰੇ ਵੀਰੇ ਚਾਰ ਜਾਫਾ, ਔਰ ਦੇਖਦੇ ਵੀ ਕਿਹਨੂੰ ਵੱਧ ਕੇ ਤੈਅ ਕਰਦੀ ਆ। ਬਹੁਤ ਤਕੜਾ ਮੁਕਾਬਲਾ ਖੇਡਿਆ ਜਾ ਰਿਹਾ, ਇੱਕ ਪਾਸੇ ਸਾਡਾ ਵੀਰ ਆਪਣੇ ਸਮੇਂ ਦਾ ਕਬੱਡੀ ਦਾ ਪ੍ਰਸਿੱਧ ਖਿਡਾਰੀ ਮਿੱਤਾ ਰੋਡੇ ਵਾਲਾ ਆਪਣੀ ਟੀਮ ਲੈ ਕੇ ਪਹੁੰਚਿਆ। ਲਓ ਸਾਹਮਣੇ ਮੈਦਾਨ ਵਿੱਚ ਵੇਖਦੇ ਵੀ ਬਹੁਤ ਤਕੜਾ ਜੱਫਾ ਲਾਉਣ ਦੀ ਕੋਸ਼ਿਸ਼ ਕਰਦੇ ਹੋਈ ਇਸ ਵੇਲੇ ਪ੍ਰਵੀਨ ਆਖਦੇ ਵੀ ਰੋਡੇ ਦੀ ਟੀਮ ਦੇ ਵੱਲੋਂ ਬਹੁਤ ਤਕੜਾ ਜੱਫਾ ਜਿਹੜੇ ਲੱਗਦਾ ਹੋਇਆ ਫਲੈਰ ਜਿਹੜਾ ਰੋਡੇ ਦੀ ਟੀਮ ਦੇ ਸੀ ਕਰਦਾ ਹੋਇਆ ਕਿ ਚੌਹਾ ਕਿ ਮਹਾਂ ਦੀ ਮੈਂ ਭੋੜਾ ਪਰ ਬਾਲੜੀ, ਲਾ ਤਾਂ ਨਹੀਂ ਮਾਂ ਹੈ ਤਾਂ ਮੈਂ ਲਾਲੜੀ, ਮੈਨੂੰ ਕੋ ਖਿੰਦਰਾ ਕਤਲ ਕਰਾ ਨੀ ਮਾਈ ਮੇਰੀਏ, ਮੈਨੂੰ ਜੱਗ ਵੇਖਣ ਦਾ ਚਾਹ ਨੀ ਮਾਈ ਮੇਰੀਏ, ਮੈਨੂੰ ਕੋ ਖਿੰਦਰਾ ਕਤਲ ਕਰਾ ਨੀ ਮਾਈ ਮੇਰੀਏ। ਨੰਬਰ ਮੇਰੇ ਵੀਰੋ ਇਸ ਵੇਲੇ ਭੂਰੀ ਰੋਡੇ ਦੀ ਟੀਮ ਦੇ ਸੀ ਜੋੜਦੇ ਹੋਏ, ਬਹੁਤ ਤਕੜਾ ਮੁਕਾਬਲਾ ਖੇਡਿਆ ਜਾ ਰਿਹਾ। ਆਓ ਰੋਜਾ ਦੇ ਵੱਲੋਂ ਇਸ ਵੇਲੇ ਕਬੱਡੀ ਬਣਾ ਚੁੱਕੀ ਹੈ ਮੇਰੇ ਵੀਰੋ, ਦੇਖਦੇ ਵੀ ਦੂਸਰੇ ਪਾਸੇ
ਟਾਉਂਦੇ ਨੇ ਟੀਮ ਦੇ ਵੱਲੋਂ ਬਹੁਤ ਤਕੜਾ ਚੱਪਾ ਲਾਉਂਦੇ ਹੋਏ ਬੱਚੇ ਆਓ ਬਹੁਤ ਤਕੜਾ ਮੁਕਾਬਲਾ ਦੇਖੋ ਪਹਿਲਾਂ ਖਿਡਾਰਿਆਂ ਦਾ ਵੀਰੇ ਚੱਲਦਾ ਹੈ ਸੰਘਰਸ਼ ਇੱਕ ਵਾਸਤੇ ਟਾਉਂਦੇ ਦੇ ਵੱਲੋਂ ਮੇਰੇ ਵੀਰੇ ਚੱਪਾ ਲਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹੋਏ ਲਓ ਸਾਹਮਣੇ ਸਮਾਂ ਦਿੱਤਾ ਜਾ ਰਿਹਾ ਕਰਮਾ ਚੱਕਰ ਵਾਲਾ ਆਪਣੇ ਸਮੇਂ ਦਾ ਪ੍ਰਸਿੱਧ ਖਿਡਾਰੀ ਫੈਸਲਾ ਕਰੇਗਾ ਲਓ ਆਪਾਂ ਮੋਹਰੀ ਹੋ ਕੇ ਵਿਚਰਦੀਆਂ ਨੇ ਚਾਹੇ ਆਪਾਂ ਖੇਡਾਂ ਦੀ ਗੱਲ ਕਰੀਏ ਚਾਹੇ ਸਿਆਸਤ ਦੀ ਗੱਲ ਕਰੀਏ ਤੇ ਚਾਹੇ ਅਫਸਰ ਸ਼ਾਹੀ ਦੀ ਗੱਲ ਕਰ ਲਈਏ ਹਰ ਵਰਗ ਦੇ ਵਿੱਚ ਜਿਹੜੀਆਂ ਮੈਨੂੰ ਮਾਰ ਮਕਾਮਣ ਵਾਲੀ ਚਾਚੇ ਨੇ
ਮੇਰੀ ਵੀ ਜੱਟ ਫੜੀ ਲੈ ਤੂੰ ਹੀ ਬਦਲ ਸਲਾਹ ਨੀ ਮਾਈ ਮੇਰੀਏ ਮੈਨੂੰ ਕੁੱਖ ਜਿਹੜਾ ਕਤਲ ਕਰਾ ਨੀ ਮਾਈ ਮੇਰੀਏ ਲਓ ਮੇਰੇ ਵੀਰੋ ਸਾਹਮਣੇ ਮੁਕਾਬਲਾ ਜਿਹੜਾ ਬਹੁਤ ਤਕੜਾ ਲਓ ਸਾਹਮਣੇ ਰੋਜਾ ਦੇ ਵੱਲੋਂ ਕਬੱਡੀ ਪਈ ਹੋਈ ਆ ਤੇ ਦੂਸਰੇ ਪਾਸੇ ਰੋਹਤੇ ਦੀ ਟੀਮ ਦੇ ਵੱਲੋਂ ਬਹੁਤ ਤਕੜਾ ਜੱਥਾ ਲੱਗਦਾ ਹੋਇਆ ਲਓ ਸਮੇਂ ਦੀਆਂ ਬਾਤਾਂ ਹੋਣਗੀਆਂ ਸਫਲਤਾ ਕਿਹਦੇ ਕਦਮ ਚੁੰਮਦੀ ਆ ਲਓ ਮੇਰੇ ਵੀਰੋ ਨੰਬਰ ਜਿਹੜਾ ਰੋਹਤੇ ਦੀ ਟੀਮ ਦੇ ਸੇ ਕਰਦਾ ਹੋਇਆ ਜੈਮਲ ਵਾਲੇ ਦਾ ਪਲੇਅਰ ਪਿੰਦਰ ਸਟੇਜ ਤੇ ਆ ਜਾਓ ਉਹਦੇ ਸਾਥੀ ਟਿੱਕੀ ਆਉਂਦੇ ਆ ਪਿੰਦਰ ਜੈਮਲ ਵਾਲੇ ਦਾ ਪਲੇਅਰ ਲਓ ਜੀ ਪ੍ਰਵੀਰ ਇਸ ਵੇਲੇ ਰੋਹਤੇ ਦੀ ਧਰਤੀ ਦੀ ਬੱਚੀ ਦੀ ਪਾਈ ਹੋਈ ਵੱਧ ਕੇ ਕਬੱਡੀ ਔਰ ਰੋਜਾਂ ਦੀਆਂ ਦੇਖਦੇ ਵੀ ਜਾਫਾ ਪਰਪਲਰ ਜਿਹੜਾ ਇਸ ਵੇਲੇ ਰੋਹਤੇ ਦੀ ਟੀਮ ਦੇ ਸੇ ਕਰਦਾ ਹੋਇਆ ਸਰਦਾਰ ਜਗਮੋਹ ਸਿੰਘ ਜੀ ਸਾਡੇ ਦੁਬਈ ਵਾਲਿਆਂ 100 ਰੁਪਇਆ ਪ੍ਰਵੀਰ ਰੋਹਤੇ ਦੇ ਲਈ ਬਹੁਤ ਵੱਡਾ ਮਾਣ ਭੇਜਦੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਆ 100 ਰੁਪਏ ਦਾ ਮਾਣ ਸਰਦਾਰ ਸੁਭਾ ਸਿੰਘ ਜੀ ਸਰਪੰਚ ਦੋਨਾਂ ਟੀਮਾਂ ਦੇ ਲਈ ਭੇਜਦੇ ਨੇ ਲਓ ਰੋਡਿਆਂ ਦੇ ਵੱਲੋਂ ਇਸ ਵੇਲੇ ਪਾਈ ਹੋਈ ਕਬੱਡੀ ਇਸ ਵੇਲੇ ਬਹੁਤ ਤਕੜਾ ਮੁਕਾਬਲਾ ਮੇਰੇ ਵੀਰੋ ਚੱਲਦਾ ਹੋਇਆ ਸੰਘਰਸ਼ ਦੋਨਾਂ ਖਿਡਾਰੀਆਂ ਦਾ ਇੱਕ ਇੱਕ ਮਿੰਟ ਜਿਹੜਾ ਮੇਰੇ ਵੀਰੋ ਬੀਤਦਾ ਜਾ ਰਿਹਾ ਲਓ ਇਸ ਵੇਲੇ 30 ਸਕਿੰਟ ਦੇ ਵਿੱਚ ਪਾਈ ਹੋਈ ਕਬੱਡੀ ਲਓ ਪਲਰ ਜਿਹੜਾ ਕਰਮਾ ਚੱਕਰ ਦਾ ਆਪਣੇ ਸਮੇਂ ਦਾ ਪ੍ਰਸਿੱਧ ਖਿਡਾਰੀ ਕਰਦਾ ਹੋਇਆ ਫੈਸਲਾ ਵੀ ਇਸ ਵੇਲੇ ਜਾਫੀਆਂ ਦੇ ਹਿੱਸੇ ਮੇਰੇ ਵੀਰੋ ਚੜਦਾ ਹੋਇਆ ਫਲੈਟ ਲਓ ਅਗਲੀ ਕਬੱਡੀ ਜਿਹੜੀ ਮੈਦਾਨ ਦੇ ਵਿੱਚ ਵੇਖਦੇ ਵੀ ਇਸ ਵੇਲੇ ਧੂਰੀ ਕਬੱਡੀ ਪਾਉਂਦੀ ਹੋਈ ਰੋਹਤੇ ਦੀ ਟੀਮ ਦੇ ਵੱਲੋਂ ਨੰਬਰ ਜਿਹੜਾ ਮੇਰੇ ਵੀਰੋ ਰੋਹਤੇ ਦੀ ਟੀਮ ਦੇ ਹਿੱਸੇ ਚੜਦਾ ਹੋਇਆ ਹਰ ਵਰਗ ਦੇ ਵਿੱਚ ਮੋਹਰੀ ਆ ਕੁੜੀਆਂ ਮੇਰੇ ਵੀਰੋ ਵੱਖ ਵੱਖ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਈ ਵੀ ਕਰਦੀਆਂ ਨੇ ਔਰ ਪੜ੍ਹਾਈ ਦੇ ਖੇਤਰ ਦੇ ਵਿੱਚ ਵੀ ਚੰਗੀਆਂ ਪੋਜੀਸ਼ਨਾਂ ਜਿਹੜੀਆਂ ਇਹਨਾਂ ਬੱਚਿਆਂ ਨੇ ਹਾਸਲ ਕਰਨੀਆਂ ਨੇ ਲਓ ਵੇਖਦੇ ਵੀ ਰੋਜਾਂ ਦੇ ਵੱਲੋਂ ਇਸ ਵੇਲੇ ਕਬੱਡੀ ਪਈ ਹੋਈ ਆ ਲਓ ਦੱਸ ਵੀਰੋ ਖੇਡ ਮੈਦਾਨ ਦੇ ਵਿੱਚ ਬਹੁਤ ਤਕੜਾ ਜੱਫਾ ਲਾਉਂਦੀ ਹੋਈ ਰੋਹਤੇ ਵੀ ਧਰਤੀ ਦੇ ਖਿਡਾਰ ਸੁਖੀ ਆਖਦੇ ਵੀ ਸੁਖੀ ਬਹੁਤ ਤਕੜਾ ਜੱਫਾ ਲਾਉਂਦੀ ਹੋਈ 100 ਰੁਪਇਆ ਜਗਮੋਹ ਸਿੰਘ ਜੀ ਦੁਬਈ ਵਾਲੇ 100 ਰੁਪਇਆ ਸੁਖੀ ਰੋਹਤੇ ਦੇ ਲਈ ਬਹੁਤ ਵੱਡਾ ਮਾਣ ਭੇਜਦੇ ਨੇ ਲਓ ਪ੍ਰਵੀਨ ਵਧੀ ਹੋਈ ਆ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਹਲਕੇ ਹਲਕੇ ਕਦਮਾਂ ਦੇ ਨਾਲ ਪਾ ਕਬੱਡੀ ਮੇਰੇ ਵੀਰੋ ਨੰਬਰ ਜਿਹੜਾ ਰੋਹਤੇ ਦੀ ਟੀਮ ਦੇ ਹਿੱਸੇ ਜੋੜਦੀ ਹੋਈ ਸੋ ਇਸੇ ਨਾਲ ਹੀ ਮੁਕਾਬਲਾ ਜਿਹੜਾ ਮੇਰੇ ਵੀਰੋ ਸਮਾਪਤ ਆਰ ਬਾਈ ਰਾਜੀ ਕਰਕੇ ਪੁਆਇੰਟਾਂ ਦਾ ਲੇਖਾ ਜੋਖਾ ਸਾਂਝਾ ਸਾਰੇ ਦਰਸ਼ਕਾਂ ਦੇ ਨਾਲ ਰੋਹਤੇ ਦੀ ਟੀਮ ਦੇ ਪੁਆਇੰਟ ਨੇ ਜੀ 16.5 ਰੋਡਾ ਦੀ ਟੀਮ ਦੇ ਨੰਬਰ ਨੇ 5.5 ਪੁਆਇੰਟਾਂ ਦੇ ਨਾਲ ਮੇਰੇ ਵੀਰੋ ਰੋਹਤੇ ਦੀ ਟੀਮ ਇਸ ਮੁਕਾਬਲੇ ਦੇ ਵਿੱਚ ਜੇਤੂ ਰਹੀ ਆ ਰੋਹਤੇ ਦੇ ਖਿਡਾਰੀ ਜਿਹੜੇ ਮੇਰੇ ਕੋਲ ਆ ਕੇ ਪਲੀਜ਼ ਆਪਣਾ ਮਾਸ ਸੰਭਾਲ ਲਓ ਜੀ ਹਾਂਜੀ ਰੋਡਾ ਦੀਆਂ ਖਿਡਾਰੀਆਂ ਪਲੀਜ਼ ਮੇਰੇ ਕੋਲ ਆ ਕੇ ਆਪਣਾ ਮਾਸ ਸੰਭਾਲ ਰੋਡਾ ਦੇ ਲੈ ਜਾ ਬੱਚੇ ਪਲੀਜ਼ ਬਹੁਤ ਬਹੁਤ ਧੰਨਵਾਦ ਜੀ ਸਾਰੇ ਸਾਡੇ ਦਾਨੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਵੱਡਾ ਮਾਣ ਕੀਤਾ ਇਹਨਾਂ ਬੱਚਿਆਂ ਦਾ ਮੇਰੇ ਵੀਰੋ ਆਓ ਜੀ ਆਪਾਂ ਜੁੜੀਏ ਫਿਰ ਮਨਾਲ ਦੇ ਨਾਲ ਰਸੂਲਪੁਰ ਵਾਸਜ ਹਾਕਮ ਸਿੰਘ ਵਾਲਾ ਇਸ ਵੇਲੇ ਮੁਕਾਬਲਾ ਜਿਹੜਾ ਖੇਡਿਆ ਜਾਵੇਗਾ ਰਸੂਲਪੁਰ ਮੇਰੇ ਵੀਰੋ ਕਾਲੂ ਦਾ ਪਿੰਡ ਆ ਬਹੁਤ ਤਕੜੇ ਕਬੱਡੀ ਦੇ ਖਿਡਾਰੀ ਪੈਦਾ ਕੀਤੇ ਨੇ ਦੂਸਰੇ ਪਾਸੇ ਸਾਡਾ ਧੂਰਾ ਸਿੰਘ ਹਾਕਮ ਵਾਲਾ ਕਬੱਡੀ ਕੋਚ ਜਿਨ੍ਹਾਂ ਨੇ ਸੁਖਬੀਰ ਸਰਾਵਾਂ ਵਰਗੇ ਖਿਡਾਰੀ ਪੈਦਾ ਕੀਤੇ ਮੇਰੇ ਵੀਰੋ ਸੁਖਬੀਰ ਸਰਾਵਾਂ ਦਾ ਸਭ ਤੋਂ ਪਹਿਲਾ ਕਬੱਡੀ ਕੋਚ ਜਿਹੜਾ ਧੂਰਾ ਹਾਕਮ ਵਾਲੇ ਵਾਲਾ ਹੋਇਆ ਮੇਰੇ ਵੀਰੋ ਸਾਡਾ ਸਾਥੀ ਬਲਾਰਾ ਇੱਕ ਪਾਸੇ ਹਾਕਮ ਸਿੰਘ ਵਾਲਾ ਹੱਥਖੜਾ ਕਰੋ ਖਿਡਾਰੀ ਵੀਰੋ ਕਿਹੜੇ ਪਾਸੇ ਹਾਕਮ ਸਿੰਘ ਵਾਲਾ ਦੀ ਟੀਮ ਹਾਕਮ ਸਿੰਘ ਵਾਲਾ ਦੀ ਟੀਮ ਜਿਹੜੀ ਗੁਰਦੁਆਰਾ ਸਾਹਿਬ ਦੀ ਸਾਈਡ
ਔਰ ਸੂਰਪੁਰ ਦੀ ਟੀਮ ਰਹੀ ਖੇਡੇਗੀ ਖੇਤਾਂ ਵਾਲੇ ਪਾਸੇ ਲਓ ਜੁੜੀਏ ਮੈਦਾਨ ਦੇ ਨਾਲ ਕਿ ਬਿਗਲ ਵੱਜਿਆ ਕੂਚ ਦਾ ਹੁਕਮ ਹੋਇਆ ਚੜੇ ਸੂਰਮੇ ਪੁੱਤ ਦਲੇਰ ਮੀਆਂ ਨਿਕਲੇ ਪੁੱਤ ਸਰਦਾਰਾਂ ਦੇ ਸ਼ਹਿਰ ਬਣ ਕੇ ਜੋ ਪਹਿਲੇ ਨਿਕਲਦੇ ਸ਼ੇਰ ਮੀਆਂ ਬਹੁਤ ਬਹੁਤ ਧੰਨਵਾਦ ਗੱਬਰ ਸੌਰ ਜੀ ਬੜੀ ਮਿੱਠੀ ਤੇ ਪਿਆਰੀ ਆਵਾਜ਼ ਇਹਨਾਂ ਨੇ ਖੇਡ ਮੈਦਾਨ ਨੂੰ ਦਿੱਤੀ ਆ ਬਹੁਤ ਤਕੜੇ ਮੁਕਾਬਲੇ ਮੇਰੇ ਵੀਰੋ ਖੇਡੇ ਜਾ ਰਹੇ ਨੇ ਔਰ ਕੱਲ੍ਹ ਵੀ ਦੱਸ ਵੀਰੋ ਸਾਲਾਂ ਦੇ ਪੇੜ ਦੁਨੀਆਂ ਦੇ ਮਹਾਨ ਖਿਡਾਰੀਆਂ ਦੀਆਂ ਜਿਹੜੀਆਂ ਮੇਰੇ ਵੀਰੋ ਗੱਲਾਂ ਇਹਨਾਂ ਮੈਦਾਨਾਂ ਵਿੱਚ ਹੋਣਗੀਆਂ ਲਓ ਜੀ ਸਰਦਾਰ ਗੁਰਦੀਪ ਸਿੰਘ ਜੀ ਡਰਾਈਵਰ ਸਾਹਿਬ ਦਾਸ ਦੇ ਲਈ ਬਹੁਤ ਸਾਰਾ ਮਾਲਦਾਰ ਬੋਲਾਂ ਤੋਂ ਖੁਸ਼ ਹੋਏ ਭੇਜਦੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਸਰਦਾਰ ਗੁਰਦੀਪ ਸਿੰਘ ਜੀ ਹੋਣਾ ਦਾ ਰਸੂਲਪੁਰ ਦੀ ਟੀਮ ਹੱਥ ਖੜਾ ਕਰੋ ਜੀ ਕਿਹੜੇ ਪਾਸੇ ਹੋ ਰਸੂਲਪੁਰ ਦੀ ਟੀਮ ਦੱਸੋ ਜੀ ਕਿਹੜੇ ਪਾਸੇ ਖਿਡਾਰੀ ਵੀਰੋ ਰਸੂਲਪੁਰ ਦੀ ਟੀਮ ਆ ਗਈ ਹੈ ਮੇਰੇ ਵੀਰੋ ਖੇਤਾਂ ਵਾਲੇ ਪਾਸੇ ਤੇ ਹਾਕਮ ਸਿੰਘ ਵਾਲ ਦੀ ਟੀਮ ਜਿਹੜੀ ਗੁਰਦੁਆਰਾ ਸਾਹਿਬ ਦੀ ਖੇਤ ਵਾਲੇ ਪਾਸੇ ਲਓ ਹਾਕਮ ਸਿੰਘ ਵਾਲ ਦਾ ਇਸ ਵੇਲੇ ਨਜ਼ਰ ਕਬੱਡੀ ਪਾਉਂਦਾ ਹੋਇਆ ਚਟਾਨਾ ਵਰਗੇ ਸਰਕਾਰੀ ਸਕੂਲ ਦੇ ਥੰਮਾਂ ਵਰਗੇ ਜਾਫੀ ਲਓ ਬਿਜਲੀ ਬੋਰਡ ਦੇ ਕਰੰਟ ਵਾਂਗੂ ਚੁੰਬੜਦਾ ਹੋਇਆ ਲਓ ਸਾਹਮਣੇ ਪਾਈ ਹੋਈ ਕਬੱਡੀ ਹਾਂਜੀ ਵੀਰੇ ਓਵਰ ਟੂ ਸਟੇਜ ਪਿੰਦਰ ਵੀਰ ਆਪਣੇ ਪ੍ਰਬੰਧਕਾਂ ਦਾ ਫੈਸਲਾ ਵੀ ਆਪਾਂ ਜਿਹੜਾ ਸਨਮਾਨਿਤ ਕਰਨਾ ਹਾਂਜੀ ਹਾਂਜੀ ਜਿਹਨਾਂ ਵੱਲੋਂ ਆਪਾਂ ਨੂੰ ਇਸ ਖੇਡ ਮੇਲੇ ਦੇ ਲਈ ਦਾਨੀ ਸੱਜਣਾ ਵੱਲੋਂ ਸਹਾਇਤਾ ਰਾਸ਼ੀ ਪੁੱਜੀ ਆ ਸਭ ਤੋਂ ਪਹਿਲਾਂ ਮੈਂ ਸੱਦਾ ਦੇਵਾਂਗਾ ਸਰਦਾਰ ਗੁਰਨਾਮ ਸਿੰਘ ਸਰਬ ਸਰਦਾਰ ਸਰਬਣ ਸਿੰਘ ਜੀ ਬਾਈ ਜੀ ਜਿੱਦਾਂ ਵੀ ਕਾਲ ਕਰਦੇ ਆ ਆ ਕੇ ਆਪਣਾ ਮਾਣ ਸਨਮਾਨ ਲੈ ਲਓ ਜੀ ਕਿਉਂਕਿ ਕਮੇਟੀ ਕੋਲੇ ਕੰਮ ਬਹੁਤ ਜ਼ਿਆਦਾ ਨੇ ਹੋਰ ਵੀ ਫਿਰ ਇਹਨਾਂ ਨੇ ਪਲੈਨਿੰਗ ਕਰਨੀ ਹੁੰਦੀ ਹੈ ਕੱਲ੍ਹ ਦੇ ਵੀ ਜਿਹੜੇ ਮਾਣ ਸਨਮਾਨਾਂ ਦਾ ਲੇਖਾ ਜੋਖਾ ਕਰਨਾ ਹੁੰਦਾ ਗੁਰਨਾਮ ਸਿੰਘ ਸਰਬ ਸਰਦਾਰ ਸਰਵਣ ਸਿੰਘ ਜੀ ਇਹਨਾਂ ਵੱਲੋਂ ਸਾਨੂੰ 3100 ਰੁਪਇਆ ਪੁੱਜਿਆ ਜੀ ਉਹ ਆ ਕੇ ਆਪਣਾ ਮਾਣ ਸਨਮਾਨ ਲਓ ਜੀ ਮਸਤਾਨ ਸਿੰਘ ਜੀ ਇਹਨਾਂ ਵੱਲੋਂ ਵੀ 3100 ਪੁੱਜਿਆ ਮਸਤਾਨ ਸਿੰਘ ਜੀ ਵੱਲੋਂ ਵੀ ਆਪਣਾ ਮਾਣ ਸਨਮਾਨ ਲੈ ਲੈਣ ਨਾਲ ਹੀ ਗੱਬਰ ਸਿੰਘ ਜੀ ਇਹਨਾਂ ਵੱਲੋਂ ਵੀ 3100 ਇਹ ਵੀ ਆਪਣਾ ਮਾਣ ਸਨਮਾਨ ਲੈ ਲੈਣ ਬਲਰਾਜ ਸਿੰਘ ਤਾਰਾ ਇਹਨਾਂ ਵੱਲੋਂ ਵੀ 3100 ਇਹ ਵੀ ਆਪਣਾ ਮਾਣ ਸਨਮਾਨ ਲੈ ਲੈਣ ਬੈਕਵਰਡ ਟੂ ਗਰਾਊਂਡ ਬਹੁਤ ਬਹੁਤ ਧੰਨਵਾਦ ਮੇਰਾ ਸਾਥੀ ਬੁਲਾਰਾ ਮੇਰਾ ਵੀਰ ਸਚੈਨ ਚੋਟੀਆਂ ਬਹੁਤ ਹੀ ਪਿਆਰੀ ਆਵਾਜ਼ ਮੇਰੀ ਵੀਰਿਓ ਲਓ ਸਾਹਮਣੇ ਇਸ ਵੇਲੇ ਰਸੂਲਪੁਰੀ ਆ ਕਬੱਡੀ ਪਾਉਂਦਾ ਹੋਇਆ ਕਿ ਲੰਮੀ ਉਮਰ ਜਿਉਣ ਪੰਜਾਬੀ ਛੱਡ ਕੇ ਨਸ਼ਿਆਂ ਨੂੰ ਕਰਦੇ ਰਹਿਣ ਸਦਾ ਹੀ ਦਲੋ ਪਿਆਰ ਕਬੱਡੀ ਨੂੰ ਸਦਕੇ ਜਾਵਾਂ ਮੈਂ ਖੇਡ ਪ੍ਰਮੋਟਰ ਵੀਰਾਂ ਦੇ ਲੈ ਗਏ ਨੇ ਜੋ ਸੱਤ ਸਮੁੰਦਰੋਂ ਪਾਰ ਕਬੱਡੀ ਨੂੰ 365.com ਤੇ ਚੱਲਦੇ ਮੈਚਾਂ ਨੂੰ ਲਾ ਲਾੜੀ ਜਾਵੇ ਦਾ ਇਹ ਸੰਸਾਰ ਕਬੱਡੀ ਨੂੰ ਵਧਾਉਣ ਵਾਲਿਆ ਹੋ ਜਾਣ ਖਿਡਾਰੀ ਨਸ਼ਾ ਤੋਂ ਦੂਰ ਦਿੰਦੇ ਰਹਿਣ ਸਤਿਕਾਰ ਕਬੱਡੀ ਨੂੰ ਓਵਰ ਟੂ ਸਟੇਜ ਆਓ ਜੀ ਜਿਹੜੇ ਵੀ ਵੀਰਾਂ ਨੇ ਸਨਮਾਨਿਤ ਕਰਨਾ ਇਸ ਪਾਸੇ ਗੁਰਦੀਪ ਸਿੰਘ ਜੀ ਆਓ ਜੀ ਆਪਣੇ ਸਨਮਾਨਿਤ ਕਰੋ ਜੀ ਜਿਹਨਾਂ ਵੱਲੋਂ ਵੀ ਆਪਾਂ ਨੂੰ ਰਾਸ਼ੀ ਪੁੱਜੀ ਆ ਔਰ ਮੈਂ ਇੱਕ ਵਾਰੀ ਫਿਰ ਜਗਰਾਜ ਸਿੰਘ ਜੀ ਰਾਜਾ ਉਹ ਵੀ ਆਓ ਜੀ ਨੰਬਰਦਾਰ ਪਰਿਵਾਰ ਦੇ ਜਗਰਾਜ ਸਿੰਘ ਜੀ ਰਾਜਾ ਉਹ ਵੀ ਆਪਣਾ ਮਾਨ ਸਨਮਾਨ ਲਓ ਜੀ ਆ ਕੇ ਬਰਾੜ ਵੀਰੇ ਇੱਕ ਵਾਰੀ ਟੀਮਾਂ ਨੂੰ ਆਪਾਂ ਸੱਦਾ ਦੇ ਲਈਏ ਚਰੈਕਟ ਵਾਸਤੇ ਜੇ ਰਸੀਦ ਖੜਨਾ ਜਲਦੀ ਤੋਂ ਜਲਦੀ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਪਹੁੰਚੋ ਚਰੈਕਟ ਵਾਸਤੇ ਰਸੀਦ ਖੜਨ ਬਹੁਤ ਤਕੜਾ ਮੁਕਾਬਲਾ ਖੇਡਿਆ ਜਾਣਾ ਹੋਰ ਵਾਸਤੇ ਧੰਨਾ ਸ਼ਹੀਦ ਵੀ ਜਲਸਰ ਸਹੌਰ ਤੇ ਹਸਰ ਪੱਟੀ ਇਹ ਟੀਮਾਂ ਜਿਹੜੀਆਂ ਮੈਦਾਨ ਦੇ ਵਿੱਚ ਆ ਜਾਓ ਖੜਾ ਵੀਰੇ ਹਾਂਜੀ ਬਹੁਤ ਧੰਨਵਾਦ ਤਰਸੇਮ ਕੁਮਾਰ ਸ਼ਰਮਾ ਇਹਨਾਂ ਵੱਲੋਂ ਵੀ ਆਪਾਂ ਨੂੰ 3100 ਰੁਪਇਆ ਪੁੱਜਿਆ ਜੀ ਗੁਰਮੀਤ ਸਿੰਘ ਜੀ ਉਹਨਾਂ ਵੱਲੋਂ 2500 ਪੁੱਜਿਆ ਗੁਰਮੀਤ ਸਿੰਘ ਸਾਨੂੰ ਸਰਦਾਰ ਗੁਰਵੰਤ ਸਿੰਘ ਇਹ ਵੀ ਆਪਣਾ ਮਾਨ ਸਨਮਾਨ ਲਓ ਜੀ ਕਿਉਂਕਿ ਜਿੱਦਾਂ ਹੀ ਕਾਲ ਕਰਦੇ ਆ ਭਾਜੀ ਆ ਕੇ ਆਪਣਾ ਮਾਨ ਸਨਮਾਨ ਲੈ ਲਿਆ ਕਰੋ ਕਿਉਂਕਿ ਤਾਂ ਕਿ ਜਿਹੜਾ ਆਪਣਾ ਕੰਮ ਨਾਲ ਦੀ ਨਾਲ ਜਿਹੜਾ ਸਵਰਗਵਾਸੀ ਨਿਰਮਲ ਸਿੰਘ ਜੀ ਜੀ
ਇਹਨਾਂ ਵੱਲੋਂ ਵੀ ਸਾਨੂੰ 2500 ਰੁਪਏ ਪੁੱਜੇ, ਇਹ ਵੀ ਮਾਨ ਸਨਮਾਨ ਲਓ ਜੀ। ਔਰ ਨਾਲ ਹੀ ਪਰਮਜੀਤ ਸਿੰਘ ਫੌਜੀ, ਇਹ ਵੀ ਇਹਨਾਂ ਵੱਲੋਂ 2300 ਪੁੱਜੇ, ਇਹ ਵੀ ਮਾਨ ਸਨਮਾਨ ਲੈਣ ਜੀ। ਨਾਲ ਹੀ ਸਵਰਗਵਾਸੀ ਭਾਗ ਸਿੰਘ ਵੱਲੋਂ ਜਗਰਾਜ ਸਿੰਘ 2300, ਇਹ ਵੀ ਮਾਨ ਸਨਮਾਨ ਲੈਣ ਜੀ। ਹੈਲੋ ਸਰਚਾਰ ਵੀਰੇ, ਚਰਿਆਕਾ ਵਰਸਿਜ ਰਸੀ ਖੁਰਦ, ਦੋਨਾਂ ਟੀਮਾਂ ਨੂੰ ਸੱਦਾ ਦਿੰਦੇ ਹਾਂ। ਰਸੀ ਖੁਰਦ ਦੀ ਟੀਮ ਆਤ ਖੜਾ ਕਰੋ ਜੀ, ਚਰਿਆਕ ਦੀ ਟੀਮ ਪਹੁੰਚ ਗਈ ਹੈ। ਬਹੁਤ ਬਹੁਤ ਧੰਨਵਾਦ ਖਿਡਾਰੀ ਵੀਰੇ, ਰਸੀ ਖੁਰਦ ਦੀ ਟੀਮ ਜਲਦੀ ਪਹੁੰਚੇ। ਭਲੂਰ ਦੇ ਧਰਨਾ ਸ਼ਹੀਦ ਵੀ ਚਾਰਸਰ ਸੌਰ ਤੇ ਹਸਰ ਪੱਟੀ ਓਵਰ ਟੂ ਸਟੇਜ ਬਾਈ ਮੇਰਾ ਵੀ ਸਰਚਾਰ। ਹਾਂਜੀ ਭਾਜੀ, ਬਾਈ ਪੁੱਤਰ ਦੱਸੋ ਵੀਰੇ ਅੱਗੇ। ਰਿਟਾਇਰ ਪ੍ਰਿੰਸੀਪਲ ਦਰਸ਼ਨ ਸਿੰਘ ਜੀ, ਇਹਨਾਂ ਵੱਲੋਂ ਸਾਨੂੰ 2100 ਰੁਪਈਆ ਪੁੱਜਿਆ ਜੀ, ਇਹ ਵੀ ਆਪਣਾ ਮਾਨ ਸਨਮਾਨ ਲੈਣ ਜੀ। ਔਰ ਨਾਲ ਹੀ ਅਜਮੇਰ ਸਿੰਘ ਜੀ ਮੈਂਬਰ, ਇਹਨਾਂ ਵੱਲੋਂ ਵੀ 2100, ਇਹ ਵੀ ਮਾਨ ਸਨਮਾਨ ਲੈਣ। ਨਾਲ ਹੀ ਸਾਡਾ ਵੀਰ ਜਗਦੇਵ ਸਿੰਘ ਜੱਗਾ ਚੰਦ ਪੁਰਾਣੇ ਵਾਲਾ ਸਾਡਾ ਪਿਆਰਾ ਮਿੱਤਰ ਵੀ ਆ, ਇਹ ਵੀ 2100 ਰੁਪਏ ਦਾ ਸਹਿਤ ਰਾਸ਼ੀ ਪੁੱਜੀ, ਮਾਨ ਸਨਮਾਨ ਲੈਣ ਜੀ। ਜਗਸੀਰ ਸਿੰਘ ਜੀ ਬੈਠੇ ਆ, ਸਰਪੰਚ ਸਾਹਿਬ ਚਾਂਦਰਾਂ ਵਾਲੇ ਜੱਗਾ ਸਾਡਾ ਵੀਰ, ਉਹ ਵੀ ਪੁੱਜਣ ਆ ਕੇ ਮਾਨ ਸਨਮਾਨ ਲੈਣ ਜੀ, 2100 ਰੁਪਈਆ ਪੁੱਜਿਆ। ਨਾਲ ਹੀ ਰਵਿੰਦਰ ਸਿੰਘ ਖੰਨਾ, ਚੀਕੂ ਬਰਾੜ ਵੀ ਆਖਦੇ ਆ, ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਮੋਗਾ, ਸ਼੍ਰੋਮਣੀ ਅਕਾਲੀ ਦਲ ਬਾਦਲ, ਉਹਨਾਂ ਵੱਲੋਂ ਵੀ ਸਾਨੂੰ 2100 ਰੁਪਈਆ ਪੁੱਜਿਆ, ਉਹ ਵੀ ਮਾਨ ਸਨਮਾਨ ਲੈਣ। ਨਾਲ ਹੀ ਸਾਡੇ ਚਾਚਾ ਜੀ ਹਰਦੇਵ ਸਿੰਘ ਚੰਦ ਪੁਰਾਣਾ, ਉਹਨਾਂ ਵੱਲੋਂ ਵੀ 2100, ਵੀ ਮਾਨ ਸਨਮਾਨ ਲੈਣ। ਨਾਲ ਹੀ ਚਰਨ ਕਮਲ ਸਿੰਘ ਪੁੱਤਰ ਰਾਧਾ ਪ੍ਰਧਾਨ, ਇਹਨਾਂ ਵੱਲੋਂ ਵੀ ਸਾਨੂੰ 2100 ਰੁਪਈਆ, ਇਹ ਵੀ ਮਾਨ ਸਨਮਾਨ ਲੈਣ ਜੀ। ਬਖਤੌਰ ਸਿੰਘ ਜੀ ਸਾਬਕਾ ਪ੍ਰਧਾਨ, ਇਹਨਾਂ ਵੱਲੋਂ ਵੀ ਸਾਨੂੰ 2100 ਰੁਪਈਆ। ਸਵਰਗਵਾਸੀ ਗੁਰਦਿਆਲ ਸਿੰਘ 2100 ਰੁਪਈਆ, ਇਹਨਾਂ ਦਾ ਵੀ ਜੇ ਕੋਈ ਪਰਿਵਾਰ ਦਾ ਮੈਂਬਰ ਇੱਥੇ ਸਾਡਾ ਵੀਰ ਬੱਬੂ ਹੈਗਾ ਤਾਂ ਉਹ ਵੀ ਮਾਨ ਸਨਮਾਨ ਲੈਣ। ਦਰਸ਼ਨ ਸਿੰਘ ਜੀ ਹੋਣੀ, ਉਹ ਵੀ ਜਿਹੜਾ ਉਹਨਾਂ ਦੇ ਪਰਿਵਾਰ ਵੱਲੋਂ 2100 ਰੁਪਈਆ, ਉਹ ਵੀ ਮਾਨ ਸਨਮਾਨ ਲੈਣ ਜੀ। ਗਗਨਦੀਪ ਸਿੰਘ ਲਾਲੀ, ਉਹਨਾਂ ਦੇ ਪਰਿਵਾਰ ਵੱਲੋਂ ਵੀ, ਉਹਨਾਂ ਵੱਲੋਂ ਵੀ ਸਾਨੂੰ 2100 ਪੁੱਜਿਆ, ਉਹ ਵੀ ਮਾਨ ਸਨਮਾਨ ਲਓ। ਸਵਰਗਵਾਸੀ ਚੰਦ ਸਿੰਘ, ਇਹਨਾਂ ਦੇ ਪਰਿਵਾਰ ਵੱਲੋਂ ਵੀ ਸਾਨੂੰ 2100 ਰੁਪਈਆ ਪੁੱਜਿਆ, ਉਹ ਵੀ ਆਪਣਾ ਮਾਨ ਸਨਮਾਨ ਲੈਣ ਜੀ। ਜਸਵਿੰਦਰ ਸਿੰਘ ਜੀ, ਇਹਨਾਂ ਵੱਲੋਂ 2100, ਇਹ ਵੀ ਮਾਨ ਸਨਮਾਨ ਲਓ। ਜਿੱਦਾਂ ਕਾਲ ਕਰਦੇ ਆ ਭਾਜੀ, ਨਾਲ ਹੀ ਮਾਨ ਸਨਮਾਨ ਲੈ ਲਿਆ ਕਰੋ। ਕੇਵਲ ਸਿੰਘ ਪ੍ਰਧਾਨ, ਇਹ ਵੀ ਆਪਣਾ ਮਾਨ ਸਨਮਾਨ ਲੈਣ ਜੀ, 2100 ਰੁਪਈਆ। ਜਸਵਿੰਦਰ ਸਿੰਘ ਜੀ 2100, ਇਹ ਵੀ ਮਾਨ ਸਨਮਾਨ ਲੈਣ। ਗੁਰਪ੍ਰੀਤ ਸਾਡਾ ਵੀਰ ਮਿਸਤਰੀ, ਉਹ ਵੀ ਇੱਥੇ ਹੀ ਆ, ਮਾਨ ਸਨਮਾਨ ਲਵੇ ਆ ਕੇ। ਔਰ ਨਾਲ ਹੀ ਸਵਰਗਵਾਸੀ ਜੋਗਿੰਦਰ ਸਿੰਘ ਨੰਬਰਦਾਰ ਦੇ ਪਰਿਵਾਰ ਦਾ ਜੇ ਕੋਈ ਮੈਂਬਰ ਹੈਗਾ ਤਾਂ ਉਹ ਵੀ ਮਾਨ ਸਨਮਾਨ ਲਵੇ। ਮਹਿੰਦਰ ਸਿੰਘ ਪਿੰਟਰ, ਉਹ ਵੀ ਆਪਣਾ 2100 ਰੁਪਈਏ ਜਿਹੜਾ ਉਹਨਾਂ ਵੱਲੋਂ ਪੁੱਜਿਆ, ਮਾਨ ਸਨਮਾਨ ਲੈਣ। ਅਰਮਾਨ ਬਰਾੜ, ਉਹਨਾਂ ਵੱਲੋਂ ਵੀ ਸਾਨੂੰ 2100 ਰੁਪਈਆ ਪੁੱਜਿਆ, ਉਹ ਵੀ ਮਾਨ ਸਨਮਾਨ ਲੈਣ। ਨਾਲ ਹੀ ਅਮਨਦੀਪ ਸਿੰਘ ਬਰਾੜ ਲੰਘਿਆਣਾ, ਉਹਨਾਂ ਵੱਲੋਂ ਵੀ ਸਾਨੂੰ 2100 ਰੁਪਈਆ ਪੁੱਜਿਆ। ਔਰ ਮਾਈਕ ਓਵਰ ਟੂ ਬਿੰਦਰ ਠੇਕੇਦਾਰ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਤਗੜਾ ਮੇਰੀ ਵੀਰੇ ਮੁਕਾਬਲਾ ਇਸ ਵੇਲੇ ਚੱਲਦਾ ਹੋਇਆ ਖੇਡ ਮੈਦਾਨ ਦੇ ਵਿੱਚ ਵੇਖਦੇ ਵੀ ਸਾਹਮਣੇ ਨੰਬਰ ਜਿਹੜਾ ਮੇਰੇ ਵੀਰੇ ਕਾਮਨ ਵਾਲ ਜੀ ਸਾਂਝਾ ਹੋ ਗਿਆ ਬਣਗੜ ਜਜਮੈਂਟ ਬਾਈ, ਸਾਡਾ ਵੀਰ ਸੰਦੌਰ ਦਾ ਫੈਸਲਾ ਜਿਹੜਾ ਕਾਮਨਗੜ ਦਾ ਇਸ਼ਾਰਾ ਮੇਰੇ ਵੀਰੇ ਕਰਦੇ ਹੋਏ ਆਹ ਨੌਜਵਾਨ ਮੇਰੇ ਵੀਰੇ ਇੱਕ ਪਾਸੇ ਕਰਨਾ ਚੱਕਰ ਵਾਲਾ ਰੈਫਰੀ ਕਰਦਾ। ਦਰਸ਼ਕਰ ਤੁਹਾਡੀ ਜਾਣਕਾਰੀ ਦੱਸਾਂ, 1999 ਦੇ ਵਿੱਚ ਖਿਡਾਰੀ ਪਾਕਿਸਤਾਨ ਦੀ ਧਰਤੀ ਤੇ ਖੇਡਿਆ, ਬਾਅਦ ਮੇਰੇ ਵੀਰੇ ਤਗੜੀ ਕਬੱਡੀ ਦਾ ਮਾਲਕ ਹੋਇਆ। ਔਰ ਮੇਰੇ ਵੀਰੇ 2011 ਦੇ ਵਿੱਚ ਇਸ ਖਿਡਾਰੀ ਨੂੰ ਕੈਨੇਡਾ ਦੀ ਧਰਤੀ ਤੇ ਜਾਣ ਦਾ ਮੌਕਾ ਮਿਲਿਆ, ਬਹੁਤ ਤਗੜੀ ਕਬੱਡੀ ਖੇਡੀ ਆਪਣੇ ਸਮੇਂ ਦੇ ਵਿੱਚ ਇਸ ਖਿਡਾਰੀ ਨੇ। ਕਰਨਾ ਚੱਕਰ ਗੋਡੇ ਦੇ ਸੱਟ ਲੱਗਣ ਦੇ ਕਾਰਨ ਕਬੱਡੀ ਤੋਂ ਦੂਰ ਹੋਣਾ ਪਿਆ, ਇਸ ਖਿਡਾਰੀ ਨੂੰ ਬਹੁਤ ਵੱਡਾ ਘਾਟਾ ਪਿਆ ਮਾਲ ਖੇਡ ਕਬੱਡੀ ਨੂੰ। ਲਓ ਸਾਹਮਣੇ ਹਾਕਮ ਸਿੰਘ ਵਾਲੇ ਦਾ ਸਵੇਰੇ ਨੌਜਵਾਨ ਕਬੱਡੀ ਪਾਉਂਦਾ ਹੋਇਆ ਜਸਵਿੰਦਰ ਸਿੰਘ ਬਰਾੜ, 2100 ਰੁਪਈਆ ਉਹਨਾਂ ਵੱਲੋਂ ਆ। ਜਸਵਿੰਦਰ ਸਿੰਘ ਜੀ ਬਰਾੜ 2100, ਵੀ ਮਾਨ ਸਨਮਾਨ ਲੈਣ।
ਨਾਲ ਹੀ ਇੱਧਰ ਸਾਡੇ ਬਾਈ ਜੀ ਬਲਦੇਵ ਸਿੰਘ, ਸਾਨਵ ਸਰਦਾਰ ਕਮਦੂਰ ਸਿੰਘ ਜੀ, ਨਾਲ ਸਾਡੇ ਬਾਈ ਜਸਵੰਤ ਸਿੰਘ ਜਿਹੜੇ ਵੀ ਪੁੱਜੇ ਆ। ਬਾਈ ਜੀ ਜੀਓ ਆਇਆ ਨੂੰ ਜੀ, ਬਹੁਤ ਧੰਨਵਾਦ ਇੱਥੇ ਪੁੱਜਣ ਤੇ, ਇਹਨਾਂ ਦੇ ਵੀ ਵੱਡੀ ਦੇਣ ਆ ਸਾਨੂੰ ਕਮੈਂਟਰੀ ਵੱਲ ਜੋੜਨ ਦੇ ਲਈ। ਬਲਦੇਵ ਸਿੰਘ ਜੀ, ਸਾਨਵ ਸਰਦਾਰ ਕਮਦੂਰ ਸਿੰਘ ਜੀ ਹੋਣੀ, ਸਾਨੂੰ 2100 ਰੁਪਇਆ ਪੁੱਜਿਆ ਇਹਨਾਂ ਵੱਲੋਂ, ਔਰ ਬਹੁਤ ਜੀਓ ਆਇਆ ਆਖਦੇ ਆ, ਬਹੁਤ ਧੰਨਵਾਦੀ ਆ ਅਸੀਂ ਸਮੁੱਚੇ ਕਲੱਬ ਵੱਲੋਂ। ਇਹ ਵੀ ਆਪਣਾ ਮਾਣ ਸਨਮਾਨ ਲੈ ਲੈਣ ਜੀ। ਹਾਂਜੀ ਪਿੱਤਰ ਜੀ, ਇਸ ਤੋਂ ਅੱਗੇ ਬਾਈ ਬੇਨਤੀ ਕਰਦੇ ਆ, ਚਲੈਕ ਦੇ ਸਿੱਖ ਔਰਦਰ ਸਿੱਖ ਔਰਦ ਹੱਥ ਖੜਾ ਕਰੋ ਜੀ। ਆ ਗਏ ਦੋਨੇ ਟੀਮਾਂ ਪਹੁੰਚ ਗਈਆਂ ਨੇ, ਭਲੂਰ ਤੇ ਤਲਾਸ਼ੀ ਵਿੱਚ ਡੀ ਦੇ ਖਿਡਾਰੀ ਜਿਹੜੇ ਤਿਆਰ ਕਰ ਤਿਆਰ ਹੈ। ਲਓ ਹਾਕਮ ਸਿੰਘ ਵਾਲੇ ਦਾ ਨਜ਼ਰ ਕਬੱਡੀ ਪਾਉਂਦਾ ਹੋਇਆ ਤੇ ਪੁਆਇੰਟ ਮਿਲੀ ਵੀਰੋ, ਹਾਕਮ ਸਿੰਘ ਵਾਲੇ ਦੀ ਟੀਮ ਦੇ ਸੇ ਚੱਲਿਆ ਹੋਇਆ। ਬਲਦੇਵ ਸਿੰਘ, ਸਰਬ ਗਮਦੂਰ ਸਿੰਘ ਚੋਟੀਆਂ ਸੋਭਾ ਮੇਰੇ ਤਾਇਆ ਜੀ ਦੇ ਬੇਟੇ ਨੇ, ਬਲਦੇਵ ਸਿੰਘ ਜੀ ਹੋਣੀ ਸਾਡੇ ਵੱਡੇ ਬਾਈ ਜੀ ਨੇ ਕੀਤਾ ਸਮਾਨ, ਉਹਨਾਂ ਵੱਲੋਂ ਸਾਨੂੰ 2100 ਰੁਪਇਆ ਪੁੱਜਿਆ। ਬਾਈ ਜੀ ਮਾਨ ਸਨਮਾਨ ਲੈ ਲਓ ਜੀ, ਬਾਈ ਬਲਦੇਵ ਸਿੰਘ ਜੀ, ਬਾਈ ਬਲਦੇਵ ਸਿੰਘ ਜੀ ਮਾਨ ਸਨਮਾਨ ਲਓ ਜੀ ਆ ਕੇ, ਕਿਉਂਕਿ ਆਪਾਂ ਨਾਲ ਦੀ ਨਾਲ ਜਿਹੜਾ ਕੰਮ ਆਪਾਂ ਖਤਮ ਕਰਨਾ ਤੇ ਨਾਲ ਹੀ ਬਾਈ ਬਖਤਾਰੇ ਵੀ ਅੱਗੇ ਦੱਸਿਓ, ਜਸਵਿੰਦਰ ਸਿੰਘ 2100, ਗੁਰਮੇਲ ਸਿੰਘ ਨੰਬਰਦਾਰ 1700, ਬਲਵਿੰਦਰ ਸਿੰਘ ਨੰਬਰਦਾਰ 1700, ਅਮਨਪ੍ਰੀਤ ਸਿੰਘ ਪੁੱਤਰ ਸਵਰਗਵਾਸੀ ਗੁਰਮੀਤ ਸਿੰਘ ਇਹਨਾਂ ਵੱਲੋਂ ਵੀ 1700, ਮਾਸਟਰ ਪਾਲ ਸਿੰਘ ਜੀ 1600, ਹਰਦੀਪ ਸਿੰਘ ਜੀ ਬਿੱਲੂ 1500, ਸਵਰਗਵਾਸੀ ਮਲਕੀਤ ਸਿੰਘ 1500, ਥਾਣਾ ਸਿੰਘ 1500, ਅਮਰੀਕ ਸਿੰਘ 1500, ਇਹ ਵੀ ਸਾਰੇ ਵੀਰ ਆਪਣਾ ਮਾਨ ਸਨ।